ਸਜੀ ਯੱਲਾ ਯੱਲਾ ਮੇਰੇ ਪਿੱਤੇ ਚ ਵਜਾ ਜਾਈ ਕੀ ਨਾ ਕਰੋ ਇਹ ਤੁਹਾਡੀ ਮਿਹਰਬਾਨੀ ਆ ਮੈਨੇ ਕੀ ਕੀਏ ਮੈਨੇ ਤਾਂ ਇਹ ਕੀ ਨਾ ਯੱਲਾ ਯੱਲਾ ਨਹੀਂ ਨਹੀਂ ਐ ਤੇਰੀ ਭੈਣ ਦਾ ਘਰ ਹੈ ਮੇਰੇ ਅੱਬੇ ਦਾ ਵੀ ਦੇ ਮੇਰਾ ਦਿਲ ਘਬਰਾਉਂਦਾ ਅੱਠ ਕਿਲੋ ਯੱਲਾ ਯੱਲਾ ਤੇ 15 ਕਿਲੋ ਉਹੀ ਅੱਲਾ ਹੁਣ ਮੈਂ ਇਹਦਾ ਵੀ ਤਾਂ ਫਿਰ ਨਾਂ ਲਿਖਾਂਗਾ ਨਾ ਕਿਸ ਤਰ੍ਹਾਂ ਦੀਆਂ ਤੂੰ ਗੱਲਾਂ ਕਰਨੀ ਹੈ ਦੇਖੋ ਮੇਰੀ ਬਾਸ ਇਹ ਹੈ ਕੌਣ ਹੈ ਮੈਂ ਯਹਾਂ ਕੀ ਸੈਕਟਰੀ ਵੀ ਹੂੰ ਔਰ ਮੈਂ ਆਪ ਲੋਗੋ ਕੇ ਲਈ ਬਹੁਤ ਕਾਮ ਆ ਸਕਤੀ ਹੂੰ ਮਸਲ ਕੀ ਕਾਮ ਆ ਸਕਤੀ ਮੈਂ ਖੂਬਸੂਰਤ ਹੂੰ ਮੇਰੇ ਇਤਨੇ ਲੋਗ ਦੀਵਾਨੇ ਹੈ ਕੌਣ ਖੂਬਸੂਰਤ ਮੈਂ ਸਹੀ ਹੈ ਬਵਾਸ ਨਾ ਕਰਿਆ ਕਰ ਯਕੀਨ ਕਰ ਮੇਕਅਪ ਲਾਉਣਾ ਤੇ ਫਲੂਤੇ ਵਾਲਾ ਕੁੱਚਾ ਬਣ ਜਾਣਾ ਤੇਰਾ ਸਰ ਜੀ ਮੈਂ ਆਪਕੋ ਇੱਕ ਬਾਤ ਕਹਾਂ ਮੈਂ ਆਪਕੋ ਕੀ ਮਤਲਬ ਕੀ ਬਾਤ ਕਰ ਰਹੀ ਥੀ ਕੀ ਮੁਝੇ ਨਾ ਮੈਂ ਇੱਕ ਫੇਸਬੁੱਕ ਪੇ ਨਾ ਮੇਰੇ ਦੁਬਈ ਦਾ ਅਰਬੀ ਫਸਾਇਆ ਥਾ ਅੱਛਾ ਅੱਛਾ ਉਹਦਾ ਯੱਲਾ ਯੱਲਾ ਵੀ ਅੱਲਾ ਫਸਿਆ ਬਹੁਤ ਅੱਛਾ ਅੱਛਾ ਸਰ ਜੀ ਮੇਰੀ ਬਾਤ ਸੁਣ ਲੈ ਆ ਮੈਨੇ ਉਸਕੋ ਫਸਾਇਆ ਉਸਨੇ ਕਹਾ ਮੈਂ ਪਾਕਿਸਤਾਨ ਆ ਰਹਾ ਹੂੰ ਅੱਛਾ 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 ਔਰ ਉਹ ਬਹੁਤ ਅਮੀਰ ਹੈ ਉਹ ਆਪ ਲੋਕੋ ਕੋ 20-20 ਹਜ਼ਾਰ ਟਿਪ ਦੇ ਦੇਗਾ ਬਸ ਉਹਨੂੰ ਅਸੀਂ ਅੱਛਾ ਕਮਰਾ ਦੇਵਾਂਗੇ ਵੈਲਯੂ ਐਸੇ ਐਸੇ ਕਮਰੇ ਨੇ ਤੂੰ ਤੇ ਨਵੀਂ ਸੈਕਟਰੀ ਹੈ ਸਾਡੀ ਐਸਾ ਪਿਆਰਾ ਕਮਰਾ ਹੈ ਕਿ ਤੁਸੀਂ ਬਾਥਰੂਮ ਵਿੱਚ ਬੈਠੇ ਹੋਵੋਗੇ ਥੱਲੇ ਬੰਦਾ ਸੜਕ ਤੇ ਜਾਂਦਾ ਹੈਗਾ ਸਿਗਰਟ ਵੀ ਬੁਝਾ ਸਕਦਾ ਹੈ ਮੋਛੇ ਮੋਛੇ ਕਿਹਦੇ ਯਕੀਨ ਕਰੋ ਬੜੇ ਆਲਾ ਆਲਾ ਕਮਰੇ ਨੇ ਨਵੀਂ ਸੈਕਟਰੀ ਤੇ ਉਹ ਅਰਬੀ ਆ ਰਿਹਾ ਸਾਨੂੰ ਪੈਸੇ ਦੇਗਾ ਬਸ ਠੀਕ ਹੈ ਤੁਸੀਂ ਉਹਨੂੰ ਬੁਲਾਓ ਤਾਂ ਕਿ ਅਸੀਂ ਉਹਦੇ ਕੋਲ ਸਾਨੂੰ ਕਿ ਤੁਸੀਂ ਬੰਦੇ ਬਸਾਓ ਹੋਟਲ ਸਾਡਾ ਹੈ ਤਕਲੀਫ ਤੇ ਘਰ ਨਹੀਂ ਹੈ ਨਾ ਸਰ ਮੈਂ ਆਪਕੋ ਬਤਾ ਰਹੀ ਮੈਂ ਡਬਲ ਪੇਮੈਂਟ ਲੂੰਗੀ ਤਿੰਨ ਗੁਣੇ ਲਈ ਬੁਲਾ ਦੋ